ਸਤਿ ਸ਼੍ਰੀ ਅਕਾਲ, ਮੈਂ ਹਾਂ ਕਿਰਨ ਤੇ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਟੀਵੀ। ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਤਹਿਤ ਜ਼ਿਲ੍ਹਾ ਜਲੰਧਰ ਦੇ ਪਿੰਡ ਡਰੋਲੀ ਕਲਾਂ ਦੇ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਮੱਤੀ ਜੀ ਦੇ ਇਤਿਹਾਸ ਸੰਬੰਧੀ ਪ੍ਰਬੰਧਕਾਂ ਨਾਲ ਪ੍ਰਧਾਨ ਮਨੋਹਰ ਸਿੰਘ ਦੀ ਅਗਵਾਈ ਵਿੱਚ ਦਲਜੀਤ ਜਨੋਹਾ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ। ਆਓ ਦੇਖਦੇ ਹਾਂ ਹੌਟ ਨਿਊਜ਼ ਇੰਡੀਆ ਟੀਵੀ ਦੇ ਲਈ ਹੁਸ਼ਿਆਰਪੁਰ ਤੋਂ ਦਲਜੀਤ ਜਨੋਹਾ ਦੀ ਰਿਪੋਰਟ। ਦੋਸਤੋ ਤੇ ਮੈਂ ਦਲਜੀਤ ਜਨੋਹਾ। ਦੋਸਤੋ ਅਸੀਂ ਆਪਣੇ ਕੰਟੈਂਟ ਗੁਰੂ ਘਰਾਂ ਦੇ ਦਰਸ਼ਨ ਦਿਦਾਰੇ ਦੇ ਤਹਿਤ ਅੱਜ ਪਹੁੰਚੇ ਹਾਂ ਜ਼ਿਲ੍ਹਾ ਜਲੰਧਰ ਦੇ ਪਿੰਡ ਡਰੋਲੀ ਕਲਾਂ ਵਿਖੇ, ਜਿੱਥੇ ਅਸੀਂ ਸ਼ਹੀਦ ਬਾਬਾ ਮੱਤੀ ਜੀ ਸਾਹਿਬ ਜੀ ਦੇ ਗੁਰੂ ਘਰ ਦੇ ਇਤਿਹਾਸ ਬਾਰੇ ਕਮੇਟੀ ਮੈਂਬਰਾਂ ਦੇ ਨਾਲ ਗੱਲਬਾਤ ਕਰਾਂ ਕਿ ਵੀ ਦਾ ਇਤਿਹਾਸ ਕੀ ਹੈ, ਕਦੋਂ ਤੋਂ ਪੰਚਾਇਤ ਕਿਸ ਤਰ੍ਹਾਂ ਦੇ ਸੰਗਤਾਂ ਦੀ ਆਸਥਾ ਜਿਹੜੀ ਹੈ ਉਹ ਪੂਰਨ ਹੁੰਦੀ ਹੈ। ਸੋ ਸਾਡੇ ਨਾਲ ਨੇ ਕਮੇਟੀ ਦੇ ਜਿਹੜੇ ਅਧਿਆਪਕ, ਉਹਨਾਂ ਦੇ ਨਾਲ ਗੱਲ ਸੀ। ਬਾਬਾ ਜੀ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਮੱਤੀ ਦਾ ਜਨਮ ਕਹਿੰਦੇ ਨੇ ਹਾਲਡੀ ਬਟੋਲੀ ਹੋਇਆ। ਇਹਨਾਂ ਦਾ ਜਨਮ ਗੁਰੂ ਨਾਨਕ ਦੇਵ ਜੀ ਤੋਂ 300 ਸਾਲ ਪਹਿਲਾਂ ਦਾ ਕਹਿੰਦੇ ਨੇ ਪੁਣੇ 'ਚ ਆਇਆ ਹੈ। ਜਦੋਂ ਜਵਾਨ ਹੋ ਗਏ ਇੱਥੋਂ ਵਿਆਹੁਣ ਗਏ ਇੱਟਾਪਤੀ ਵਿਆਹੁਣ ਗਏ ਤਾਂ 3 ਲੰਮਾਂ ਹੋ ਚੁੱਕੀਆਂ ਸਨ। ਜਦੋਂ ਕਈ ਮੁਗਲਾਂ ਨੇ ਧੀਆਂ ਭੈਣਾਂ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਨੂੰ ਬੰਦੀ ਬਣਾ ਕੇ ਲਿਜਾ ਰਹੇ ਸਨ। ਅਤੇ ਹਿੰਦੂ ਵੀਰਾਂ ਨੇ ਬਾਬਾ ਜੀ ਅੱਗੇ ਫਰਿਆਦ ਕੀਤੀ ਜੀ ਸਾਡੀਆਂ ਇੱਜ਼ਤ ਬਚਾਓ, ਕਿ ਸਾਡੀਆਂ ਧੀਆਂ ਭੈਣਾਂ ਨੂੰ ਮੁਸਲਮਾਨ ਜਾਂ ਮੁਗਲ ਲੈ ਕੇ ਜਾ ਰਹੇ ਨੇ। ਬਾਬਾ ਜੀ ਦੀਆਂ 3 ਲਾਵਾਂ ਹੋਈਆਂ ਸਨ, ਉਹਨੀ ਵਿੱਚੇ ਲਾਵਾਂ ਛੱਡ ਗਈ ਅਤੇ ਮੁਗਲਾਂ ਨਾਲ ਲੜਾਈ ਕੀਤੀ, ਧੀਆਂ ਭੈਣਾਂ ਨੂੰ ਛਡਾਇਆ, ਸਾਰੀਆਂ ਨੂੰ ਆਪਣੇ ਆਪਣੇ ਘਰੀਂ ਸਹੀ ਸਲਾਮਤ ਪਹੁੰਚਾਇਆ। ਤਾਂ ਉਸ ਲੜਾਈ ਦੌਰਾਨ ਬਾਬਾ ਜੀ ਸ਼ਹੀਦ ਹੋ ਚੁੱਕੇ ਸਨ। ਆਪਣਾ ਸਿਰ ਸੀਸ ਹੱਥ ਪਰ ਰੱਖ ਕੇ ਘੋੜੇ ਪਰ ਬੈਠੇ ਲੜਦੇ ਹੀ ਰਸਤੇ ਵਿੱਚ ਵੀ ਆ ਰਹੇ ਸਨ। ਲੜਦਿਆਂ ਡਰੋਲੀ ਕਲਾਂ ਪਿੰਡ ਜ਼ਿਲ੍ਹਾ ਜਲੰਧਰ ਦੇ ਵਿੱਚ ਪਹੁੰਚੇ। ਇੱਥੇ ਆ ਕੇ ਉਹਨਾਂ ਦਾ ਸੀਸ ਬਿਲਕੁਲ ਠੰਡਾ ਹੋ ਗਿਆ, ਇੱਥੇ ਆ ਕੇ ਸੀਸ ਗਿਰ ਗਿਆ ਅਤੇ ਇੱਥੇ ਹੀ ਸ਼ਹੀਦ ਮੰਨਿਆ ਗਿਆ। ਉਸਦੇ ਵਿੱਚ ਬਾਬਾ ਪਿੰਡ ਦੇ ਮੌਜੂਦਾ ਬਜ਼ੁਰਗਾਂ ਨੇ ਜਾਂ ਪਿੰਡ ਦੇ ਹੋਰ ਪਤਵੰਤੇ ਸਦਰਾਂ ਨੇ ਫੈਸਲਾ ਕੀਤਾ ਵੀ ਇਹਨਾਂ ਦਾ ਸੰਸਕਾਰ ਇੱਥੇ ਹੀ ਕੀਤਾ ਜਾਵੇ। ਅਤੇ ਉਹਨਾਂ ਦਾ ਸੰਸਕਾਰ ਕਰਨ ਵਾਸਤੇ ਪਹਿਲਾਂ ਗੁਰਦੁਆਰਾ ਬਾਬਾ ਮੱਤੀ ਸ਼ਹੀਦ ਦੀ ਮਸੰਦਾਂ ਦਾ ਰਾਜ ਸੀ, ਪਹਿਲਾਂ ਮੰਦਰ ਵੀ ਸੀ, ਮਸੰਦਾਂ ਦਾ ਰਾਜ ਵੀ ਸੀ। ਫਿਰ ਉਹਨਾਂ ਨੇ ਸਾਰਿਆਂ ਬੰਦਿਆਂ ਨੂੰ ਸਲਾਹ ਕਰਕੇ ਇਹਨਾਂ ਦਾ ਇੱਥੇ ਚਿਖਾ ਬਣਾਈ, ਚਿਖਾ ਬਣਾ ਕੇ ਸੰਸਕਾਰ ਬਾਬਾ ਮੱਤੀ ਕੀਤਾ। ਪਰ ਸੰਸਕਾਰ ਕਰਨ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਘਰਵਾਲੀ ਸੀ 3 ਲਾਵਾਂ ਹੋ ਚੁੱਕੇ ਸਨ, ਉਹ ਵੀ ਪਿੱਛੇ ਆ ਗਈ। ਉਹਨੇ ਆ ਕੇ ਕਿਹਾ ਜੀ ਮੇਰਾ ਨਾਂ ਆਨੰਦ ਕਾ ਹੋਇਆ, 3 ਲਾਵਾਂ ਹੋਈਆਂ ਅਤੇ ਮੈਂ ਇਹਨਾਂ ਦੀ ਧਰਮ ਪਤਨੀ ਹਾਂ। ਉਹ ਪਿੰਡ ਦੇ ਲੋਕਾਂ ਨੇ ਇਤਰਾਜ਼ ਕੀਤਾ ਵੀ ਧਰਮ ਪਤਨੀ ਨਹੀਂ ਆ, ਇਹ ਕੰਮ ਅਸੀਂ ਨਹੀਂ ਹੋਣ ਦੇਣਾ। ਉਹ ਕਹਿੰਦੀ ਸੀ ਵੀ ਮੈਂ ਵੀ ਚਿਖਾ ਬਈ ਛਾਲ ਮਾਰਨੀ ਨਾਲੇ ਸਦੀ ਹੋਣਾ ਹੈ। ਉਹ ਸਦੀ ਪਿੰਡ ਦੇ ਬੰਦਿਆਂ ਨੇ ਨਹੀਂ ਆਉਣ ਦਿੱਤੀ, ਉਹਦੇ ਨਾਲ ਉਹਦੀ ਅਲੱਗ ਚਿਖਾ ਬਣਾਈ ਗਈ। ਉਹਨਾਂ ਦੇ ਕਹਿਣ ਦੇ ਬਾਵਜੂਦ ਚਿਖਾ ਬਣਾ ਕੇ ਉਹਦਾ ਅਲੱਗ ਸੰਸਕਾਰ ਕੀਤਾ, ਇਹਨਾਂ ਦਾ ਅਲੱਗ ਸੰਸਕਾਰ ਕੀਤਾ। ਹੁਣ ਬਾਬਾ ਮੱਤੀ ਦਾ ਸ਼ਹੀਦੀ ਦਿਹਾੜਾ ਅਸੀਂ ਗੁਰਦੁਆਰਾ ਸ਼ਹੀਦ ਡਰੋਲੀ ਬਾਬਾ ਮੱਤੀ ਡਰੋਲੀ ਕਲਾਂ ਮਨਾਉਂਦੇ ਹਾਂ, ਜਨਮ ਦਿਹਾੜਾ ਹਾਲਡੇ ਬਟੋਲੀ ਮਨਾਉਂਦੇ ਹਾਂ। ਬਾਬਾ ਜੀ ਹੋਰ ਕਿਹੜੇ ਕਿਹੜੇ ਸਮਾਗਮ ਇੱਥੇ ਮਨਾਏ ਜਾਂਦੇ ਆ? ਹੋਰ ਇੱਥੇ ਗੁਰਦੁਆਰਾ ਜੀ ਵਿਸਾਖੀ ਜਾਂ ਕੋਈ ਧਾਰਮਿਕ ਸੰਗਰਾਂਦ ਜਾਂ ਕੋਈ ਹੋਰ ਘੱਲੂਘਾਰਾ ਦੂਸਰਾ ਜਾਂ ਹੋਰ ਐਰਾ ਵਗੈਰਾ, ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਦਾ ਦੂਸਰੇ ਗੁਰਦੁਆਰੇ ਦੇ ਪੰਜਵੇਂ ਪਾਤਸ਼ਾਹ ਦੇ ਦਿਨ ਮਨਾਉਂਦੇ ਨੇ। ਬਾਕੀ ਬਾਬਾ ਜੀ ਕਮੇਟੀ ਵੱਲੋਂ ਹੋਰ ਕੋਈ ਜਨਹਿੱਤ ਦੇ ਜਿਹੜੇ ਕੰਮ ਕੀਤੇ ਆ ਸ਼ਹੀਦ ਬਾਬਾ ਮੱਤੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਹੋਰ ਕੋਈ ਕੰਮ ਕੀਤੇ ਜਾਂਦੇ ਆ ਪ੍ਰਧਾਨ ਜੀ ਮਨੋਹਰ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ? ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਪ੍ਰਧਾਨ ਮਨੋਹਰ ਪ੍ਰਧਾਨ ਸਿੰਘ ਸਰਦਾਰ ਮਨੋਹਰ ਸਿੰਘ ਦੀ ਅਗਵਾਈ ਹੇਠ ਸਾਰੇ ਗੁਰਦੁਆਰੇ ਦੇ ਵਿੱਚ ਪੱਥਰ ਲਵਾਇਆ ਗਿਆ, ਸਭ ਸਾਫ਼ ਸਫਾਈ ਕਰਵਾਈ, ਇਹ ਅੰਤਿਮ ਯਾਤਰਾ ਵਾਸਤੇ ਵਾਹਨ ਬਣਾਇਆ ਗਿਆ ਜੋ ਕਿ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਆ ਰਹੀ ਸੀ। ਜਵਾਨ ਲੋਕ ਅੱਜ ਕੱਲ੍ਹ ਘਰਾਂ ਵਿੱਚ ਹੈ ਨਹੀਂ, ਸਭ ਬਾਹਰ ਚਲੇ ਗਏ ਨੇ। ਬਜ਼ੁਰਗ ਨੂੰ ਚੱਕਣਾ ਜਾਂ ਕਿਸੇ ਅੰਤਿਮ ਸੀਨ ਚੱਕਣਾ ਬਹੁਤ ਔਖਾ ਸੀ, ਉਹਨਾਂ ਲਈ ਗੱਡੀ ਬਣਾਈ ਗਈ। ਬਾਕੀ ਹੋਰ ਉਪਰਾਲੇ ਬਹੁਤ ਕੀਤੇ ਗਏ, ਇੱਧਰ ਗੇਟ ਲਗਾਇਆ ਗਿਆ, ਇੱਧਰ ਗੇਟ ਲਗਾਇਆ। ਬਾਕੀ ਪਿੰਡ ਦੀ ਸਫਾਈ, ਬੱਸ ਅੱਡੇ ਦੇ ਕੋਲ ਜਗ੍ਹਾ ਹੈ ਉਹਦੇ ਵਿੱਚ ਭਰਤੀ ਪਾ ਕੇ ਭਰ ਕੇ ਪਾਉਣੀ ਸ਼ੁਰੂ ਕੀਤੀ ਹੈ। ਬਾਬਾ ਜੀ ਦਾ ਸਮਾਰਕ ਬਣ ਰਿਹਾ ਜੀ, ਸਮਾਰਕ ਪਰ ਕਾਫੀ ਪੈਸਾ ਖਰਚ ਹੋ ਰਿਹਾ ਹੈ, ਕਾਫੀ ਜ਼ੋਰਾਂ ਸ਼ੋਰਾਂ ਨਾਲ ਕੰਮ ਚੱਲ ਰਿਹਾ ਹੈ। ਇਹ ਸਾਰਾ ਦੇਖ ਰੇਖ ਪ੍ਰਧਾਨ ਮਨੋਹਰ ਸਿੰਘ ਦੀ ਅਗਵਾਈ ਹੇਠ। ਬਹੁਤ ਬਹੁਤ ਧੰਨਵਾਦ ਦੋਸਤੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
बहुत बहुत धन्यवाद दोस्तों। ये सन गुरुद्वारा प्रबंधक कमेटी के सदस्य जिन्होंने साढ़े नाल गलबात की। प्रधान मनोहर सिंह जिहड़े इत्थे दे प्रधान ने उन्हां दी अगवाई दे विच इन्हां ने सारे जिहड़े काम गुरुद्वारा साहिब वल्लों कीते जांदे आ ते गुरुद्वारा साहिब किहड़े किहड़े सालाना समागम कीते जांदे आ उन्हां बारे विस्तार नाल दी नाल जनहित दे काम जिहड़े लोकां वल इस गुरुद्वारा प्रबंधक शहीद बाबा गुरुद्वारा प्रबंधक कमेटी वल्लों भी कीते जांदे, जिहदे विच इन्हां ने अंतम यात्रा वाहन तैयार की आ, मैडिकल लवाए जांदे आ, हस्पताल बाबा जी दे जिहड़े गुरु घर वल्लों जिहड़े चलाए जांदे, उहदे नाल होर भी कई अहम सहूलतां जिहड़ियां जरूरतमंद लोकां नूं समय समय ते इत्थों मुहैया करवाईआं जांदियां। सो इस धार्मिक स्थान तों बहुत सारे लोग जिथे आस्था आउंदे आ, मत्था टेक के नतमस्तक हुंदे आ, उत्थे उन्हां नूं होर भी कई जरूरतां उन्हां दीआं पूरीआं होणियां। हुशियारपुर तों दलजीत अजनोहा।